ਤੁਹਾਡੇ ਪਿਤਾ ਜੀ ਉਸਤਾਦ ਕੁਲਦੀਪ ਮਾਨਕ ਜੀ ਦੇ ਨਾਲ ਵੀ ਕਾਫੀ ਟਾਈਮ ਸਟੇਜ ਸਾਂਝੀ ਕੀਤੀ, ਇਕੱਠੇ ਨੇ ਸ਼ੁਰੂ ਕੀਤਾ ਸੀ ਗਾਉਣਾ, ਕੁਝ ਯਾਦਾਂ ਤੁਹਾਨੂੰ ਜੋ ਯਾਦ ਹੋਣ ਉਹਨਾਂ ਦੇ ਨਾਲ? ਯੁੱਧਵੀਰ ਮਾਨਕ ਜੀ ਦੇ ਜਿਹੜੇ ਮਦਰ ਨੇ ਉਹ ਵੀ ਇੱਥੇ ਪਹੁੰਚੇ ਨੇ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰ। ਸਿਹਤ ਬਿਲਕੁਲ ਠੀਕ ਨੇ ਇਹਨਾਂ ਦੇ, ਦੇਖ ਸਕਦੇ ਹੋ ਜੀ, ਸ਼ਿੰਦਾ ਸਾਹਿਬ ਨੇ ਇਹਨਾਂ ਨੂੰ ਆਪਣੀ ਭੈਣ ਬਣਾਇਆ ਹੋਇਆ ਸੀਗਾ। ਭਾਜਨ ਮੁੱਟ ਕਿਹੜੇ ਰੱਬ ਨੇ ਘਰ ਟਾੜਦਾ, ਕੀ ਕਰੀਏ। ਮੈਨੂੰ ਤਾਂ ਬਹੁਤ ਉਮੀਦਾਂ ਸੀ, ਮੈਂ 10 ਸਾਲ ਪਾਠ ਕਰਦੀ ਸੀ ਮੇਰਾ ਭਰਾ ਉੱਠੂਗਾ। इस वक्त तस्वीरां तुसी देख रहे हो सुंदर शिंदा के घर के बाहर दियां, सो वख-वख सिंगर इत्थे पहुँच रहे हैं। इस वक्त युद्धवीर माणक हुरी भी इस इत्थे पहुँच चुके हैं, बाई होरां दे नाल भी गलबात करन दी कोशिश करांगे। बाई जी, बहुत वड्डा घाटा पिया पंजाबी म्यूजिक इंडस्ट्री नूं, अज सुरिंदर शिंदा जी अज साडे विचकार नहीं रहे जी। बहुत वड्डा जी, बहुत बहुत ही वड्डा जी। हाँ जी, ਉਹਨਾਂ ਦਾ ਨਾਂ ਰਹਿਣਾ ਮਤਲਬ ਇਹੀ ਹੈ ਬਈ, ਕੁਛ ਕਹਿ ਨਹੀਂ ਸਕਦਾ ਜੀ ਹੋਰ ਕੀ ਗੱਲ ਕਰਾਂ ਜੀ। ਤੁਹਾਡੇ ਪਿਤਾ ਜੀ ਉਸਤਾਦ ਕੁਲਦੀਪ ਮਾਨਕ ਜੀ ਦੇ ਨਾਲ ਵੀ ਕਾਫੀ ਟਾਈਮ ਸਟੇਜ ਸਾਂਝੀ ਕੀਤੀ, ਇਕੱਠੇ ਨੇ ਸ਼ੁਰੂ ਕੀਤਾ ਸੀ ਗਾਉਣਾ, ਕੁਝ ਯਾਦਾਂ ਤੁਹਾਨੂੰ ਜੋ ਯਾਦ ਹੋਣ ਉਹਨਾਂ ਦੇ ਨਾਲ? ਮੈਂ ਤਾਂ ਆਪ ਬਹੁਤ ਛੋਟਾ ਸੀਗਾ ਜੀ, ਉਹਨਾਂ ਦੇ ਨਾਲ ਕੀ ਸਾਂਝ, ਮੈਂ ਕੁਛ ਕਰ ਨਹੀਂ ਸਕਦਾ ਜੀ। ਹਾਂਜੀ ਜੀ, ਹਾਂਜੀ ਜੀ, ਬਹੁਤ ਇੱਕ ਕਹਿ ਸਕਦੇ ਹਾਂ ਕਿ ਦੇਖ ਸਕਦੇ ਹੋ ਕਿ ਇਸ ਵਕਤ ਉਹਨਾਂ ਦੇ ਜਿਹੜੇ ਯੁੱਧਵੀਰ ਮਾਨਕ ਜੀ ਦੇ ਜਿਹੜੇ ਮਦਰ ਨੇ ਉਹ ਵੀ ਇੱਥੇ ਪਹੁੰਚੇ ਨੇ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰ। ਸਿਹਤ ਬਿਲਕੁਲ ਠੀਕ ਨੇ ਇਹਨਾਂ ਦੇ, ਦੇਖ ਸਕਦੇ ਹੋ ਜੀ, ਸ਼ਿੰਦਾ ਸਾਹਿਬ ਨੇ ਇਹਨਾਂ ਨੂੰ ਆਪਣੀ ਭੈਣ ਬਣਾਇਆ ਹੋਇਆ ਸੀਗਾ, ਸਿਹਤ ਠੀਕ ਨਹੀਂ ਫਿਰ ਵੀ ਇੱਥੇ ਪਹੁੰਚੇ ਨੇ। ਬੇਬੇ ਜੀ, ਬਹੁਤ ਇੱਕ ਵੱਡਾ ਘਾਟਾ ਪਿਆ ਅੱਜ, ਭਾਜਨ ਮੁੱਟ ਕਿਹੜੇ ਰੱਬ ਨੇ ਘਰ ਟਾੜਦਾ, ਕੀ ਕਰੀਏ। ਵੱਸ ਨਹੀਂ ਰਿਹਾ, ਮੈਨੂੰ ਤਾਂ ਬਹੁਤ ਉਮੀਦਾਂ ਸੀ, ਮੈਂ 10 ਸਾਲ ਪਾਠ ਕਰਦੀ ਸੀ ਮੇਰਾ ਭਰਾ ਉੱਠੂਗਾ। ਕਿੰਨੀ ਵਾਰ ਫੋਨ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਸੀ ਉਹਨਾਂ ਨਾਲ? ਹੁੰਦੀ ਰਹਿੰਦੀ ਸੀ ਭਾਜੀ, ਮੇਰੀ ਖਬਰ ਜਿੱਦੀ ਦੀ ਭਾਜੀ ਮੈਨੂੰ ਕਹਿੰਦਾ ਸੀ, ਭੈਣ ਜੀ ਅੱਧੀ ਰਾਤ ਕੋਈ ਲੋੜ ਪਵੇ ਮੈਨੂੰ ਦੱਸੀ। ਹੁਣ ਜਦੋਂ ਬਿਮਾਰ ਸੀਗੇ ਤੁਹਾਡੀ ਗੱਲਬਾਤ ਹੋਈ ਸੀ? ਹਾਂ, ਭੈਣ ਜੀ ਨਾਲ ਹੁੰਦੀ ਰਹਿੰਦੀ ਸੀ, ਕੱਲ੍ਹ ਵੀ ਹੋਈ ਆ ਮੇਰੀ ਗੱਲ ਇਹਨਾਂ ਦੀ ਭਰਜਾਈ ਕਰੇ ਹੁੰਦੀ ਸੀ ਜੀ। ਦੇਖ ਸਕਦੇ ਹੋ ਕਿ ਯੁੱਧਵੀਰ ਮਾਨਕ ਹੋਰਾਂ ਦੇ ਜਿਹੜੇ ਮੰਮੀ ਨੇ ਬਿਮਾਰ ਵੀ ਨੇ, ਤਲ ਚਰਫਿਲ ਨਹੀਂ ਹੋ ਰਿਹਾ, ਪਰ ਫਿਰ ਵੀ ਇਸ ਮੌਕੇ 'ਤੇ ਪਹੁੰਚੇ ਨੇ। ਕਿਹਾ ਜਾ ਰਿਹਾ ਕਿ ਸੁਰਿੰਦਰ ਸ਼ਿੰਦਾ ਹੋਰਾਂ ਨੇ ਇਹਨਾਂ ਨੂੰ ਆਪਣੀ ਭੈਣ ਬਣਾਇਆ ਹੋਇਆ ਸੀਗਾ ਜੀ। ਸੋ ਇਸ ਵਕਤ ਜੀ 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 ਇਸ ਵਾਰ ਵੀ ਰੱਖੜੀ ਜਿਹੜੀ ਆਉਣ ਵਾਲੀ ਸੀਗੀ ਨੇ ਬੰਨਦੀ ਸੀ ਭੈਣ ਜੀ ਤੁਹਾਡੇ ਬਾਈ ਦੇ, ਮਿਲਣ ਵੀ ਆਉਂਦੇ ਹੁੰਦੇ ਸੀਗੇ ਸੁਰਿੰਦਰ ਸ਼ਿੰਦਾ ਜੀ, ਮਿਲਣ ਵੀ ਆਉਂਦੇ ਹੁੰਦੇ ਸੀ। ਕਿੰਨੀ ਕੁ ਵਾਰ ਮਿਲਣ ਆਏ ਸੀਗੇ ਤੁਹਾਨੂੰ? ਮੈਨੂੰ ਬਹੁਤ ਵਾਰੀ, ਬਹੁਤ ਵਾਰੀ, ਬਹੁਤ ਵਾਰੀ, ਜਿੱਦੀ ਨੂੰ ਨਾਲੇ ਰੱਖਦੇ ਸੀ, ਕਰੋਨਾ 'ਚ ਇੰਨੀ ਲੋਕਾਂ ਦੀ ਮਦਦ ਕਰੀ, ਜਿੱਦੀ ਨੂੰ ਨਾਲੇ ਰੱਖਿਆ। ਸੋ ਯੁੱਧਵੀਰ ਮਾਨਕ ਵੀ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਪਹੁੰਚ ਚੁੱਕੇ ਨੇ, ਨਾਲ ਉਹਨਾਂ ਦੇ ਮਾਤਾ ਜੀ ਪਹੁੰਚ ਚੁੱਕੇ ਨੇ, ਕਿਉਂਕਿ ਸੁਰਿੰਦਰ ਸ਼ਿੰਦਾ ਅਤੇ ਕੁਲਦੀਪ ਮਾਨਕ ਜੀ ਨੇ ਇਕੱਠਿਆਂ ਨੇ ਗਾਉਣਾ ਸ਼ੁਰੂ ਕੀਤਾ ਸੀਗਾ, ਕਾਫੀ ਇਹਨਾਂ ਦੀ ਸਟੇਜ ਸਾਂਝੀ ਵੀ ਕੀਤੀ ਸੀਗੀ। ਸੋ ਇਸ ਮੌਕੇ 'ਤੇ ਵੀ ਨਾ ਠੀਕ ਹੋਣ ਕਰਕੇ ਵੀ ਉਹ ਇੱਥੇ ਪਹੁੰਚੇ ਨੇ, ਅਤੇ ਯੁੱਧਵੀਰ ਮਾਨਕ ਉਹਨਾਂ ਦੀ ਹਾਲਤ ਵੀ ਥੋੜ੍ਹੀ ਦੇਖ ਸਕਦੇ ਹੋ ਵੀ ਅੱਗੇ ਨਾਲੋਂ ਬੈਟਰ ਰਿਹਾ, ਪਰ ਫਿਰ ਵੀ ਉਹ ਇੱਥੇ ਪਹੁੰਚੇ ਨੇ, ਇਹਨਾਂ ਦੇ ਨਾਲ ਵੀ ਦੁਬਾਰਾ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਤ ਦੇਖ ਸਕਦੇ ਹੋ ਤੁਸੀਂ ਇਸ ਵਕਤ ਘਰ ਦੇ ਬਾਹਰਲੇ, ਸੋ ਵੱਖ-ਵੱਖ ਲੋਕ, ਵੱਖ-ਵੱਖ ਸਿੰਗਰ ਇੱਥੇ ਪਹੁੰਚ ਰਹੇ ਨੇ, ਰਣਜੀਤ ਮਣੀ ਪਾਲੀ ਦੇਤ ਵਾਲੀਆ, ਉੱਧਰ ਯੁੱਧਵੀਰ ਮਾਨਕ ਅਤੇ ਹੋਰ ਵੀ ਕਈ ਇਹਨਾਂ ਦੇ ਜਿਹੜੇ ਸ਼ਿਗਿਰਦ ਨੇ, ਪਾਲੀ ਦੇਤ ਵਾਲੇ ਸੁਰਿੰਦਰ ਸ਼ਿੰਦਾ ਹੋਰਾਂ ਦੇ ਜੋ ਸ਼ਿਗਿਰਦ ਨੇ ਉਹ ਵੀ ਇੱਥੇ ਪਹੁੰਚੇ ਨੇ। ਸੋ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਸੁਰਿੰਦਰ ਸ਼ਿੰਦਾ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ, ਇਸ ਵਕਤ ਕੀ ਮਾਹੌਲ ਹੈ ਇਸ ਵਕਤ। ਸੋ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ,